ਜਿਹੜੀ ਫਿਲਮ ਹੈ ਐਮਰਜੈਂਸੀ, ਜਿਹੜੀ ਸਿੱਖਾਂ ਅਤੇ ਹਿੰਦੂਆਂ ਦੇ ਵਿੱਚ ਇੱਕ ਪਾੜੇ ਦਾ ਕੰਮ ਕਰਦੀ ਆ, ਉਸ ਫਿਲਮ ਨੂੰ ਅਸੀਂ ਪੰਜਾਬ ਦੇ ਵਿੱਚ ਬੈਨ ਕਰਾਉਣ ਵਾਸਤੇ ਅੱਜ ਅਸੀਂ ਇੱਥੇ ਪ੍ਰੋਟੈਸਟ ਰੱਖਿਆ ਹੋਇਆ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਅਕਸ ਨੂੰ ਖਰਾਬ ਕਰਨ ਵਾਸਤੇ ਦਿਖਾਇਆ ਇਹ ਜਾਂਦਾ, ਉਹ ਕੋਈ ਸੰਤਾਂ ਦੇ ਭਾਸ਼ਣ ਦੇ ਵਿੱਚ ਉਹਨਾਂ ਨੂੰ ਬੁਲਵਾਇਆ ਗਿਆ ਵਾ ਕਿ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਅਤੇ ਸਾਨੂੰ ਖਾਲਸਾ। ਸੰਤਾਂ ਨੇ ਆਪਣੇ ਮੂੰਹੋਂ ਆਪਣੀ ਪੂਰੀ ਲਾਈਫ ਦੇ ਵਿੱਚ ਕਦੇ ਵੀ ਖਾਲਸਤਾਨ ਦੀ ਗੱਲ ਨਹੀਂ ਕੀਤੀ, ਜਦਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆਜ਼ਾਦੀ ਦੇ ਮੁਕੰਮਲ ਸਮਰਥਕ ਸੀ। ਐਮਰਜੈਂਸੀ ਫਿਲਮ ਕੰਗਨਾ ਰਣਾਵਤ ਦੀ ਫਿਲਮ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਲਗਾਤਾਰ ਜਿਹੜਾ ਪ੍ਰੋਟੈਸਟ ਹੈਗਾ ਉਹ ਕੀਤਾ ਜਾ ਰਿਹਾ। ਮੈਂ ਇਸ ਲਈ ਮੌਜੂਦ ਹੈਗਾ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੇ ਵਿੱਚ, ਜਿੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਵਾ, ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਕੰਗਨਾ ਰਣਾਵਤ ਦੇ ਖਿਲਾਫ਼, ਔਰ ਬਾਈਕਾਟ ਕਰਨ ਦੀ ਗੱਲ ਹੈ ਜਿਹੜੀ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਐਮਰਜੈਂਸੀ ਫਿਲਮ ਜਿਸ ਦੇ ਵਿੱਚ ਕੰਗਨਾ ਰਣਾਵਤ ਨੇ ਸਵਰਗਵਾਸੀ ਇੰਦਰਾ ਗਾਂਧੀ ਦਾ ਜਿਹੜਾ ਰੋਲ ਅਦਾ ਕੀਤਾ ਵਾ, ਤਾਂ ਉਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੇ ਹੈ ਸਿੱਖ ਸਮੁਦਾਇ ਦੇ ਲੋਕ ਹੈਗੇ ਨੇ ਉਹਨਾਂ ਪੱਖੋਂ ਪ੍ਰੋਟੈਸਟ ਕੀਤਾ ਜਾ ਰਿਹਾ। ਇਹਨਾਂ ਨਾਲ ਅਸੀਂ ਗੱਲ ਕਰ ਲੈਂਦੇ ਹਾਂ ਜੀ, ਸਰ ਕੀ ਕਹਿਣਾ ਚਾਹੋਗੇ, ਇਹ ਕਿਸ ਚੀਜ਼ ਨੂੰ ਲੈ ਕੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ? ਅੱਜ ਅਸੀਂ ਜਿਹੜੀ ਫਿਲਮ ਹੈ ਐਮਰਜੈਂਸੀ, ਜਿਹੜੀ ਸਿੱਖਾਂ ਅਤੇ ਹਿੰਦੂਆਂ ਦੇ ਵਿੱਚ ਇੱਕ ਪਾੜੇ ਦਾ ਕੰਮ ਕਰਦੀ ਆ, ਉਸ ਫਿਲਮ ਨੂੰ ਅਸੀਂ ਪੰਜਾਬ ਦੇ ਵਿੱਚ ਬੈਨ ਕਰਾਉਣ ਵਾਸਤੇ ਅੱਜ ਅਸੀਂ ਇੱਥੇ ਪ੍ਰੋਟੈਸਟ ਰੱਖਿਆ ਹੋਇਆ। ਅਸੀਂ ਮੰਗ ਪੱਤਰ ਦੇਵਾਂਗੇ DC ਸਾਹਿਬ ਨੂੰ ਜੀ। ਅਤੇ ਇਸ ਫਿਲਮ ਦੇ ਵਿੱਚ ਕੀ ਐਸਾ ਦਰਸਾਇਆ ਗਿਆ ਵਾ ਜਿਸ ਦਾ ਤੁਸੀਂ ਵਿਰੋਧ ਕਰ ਰਹੇ ਹੋ? ਫਿਲਮ ਹੈ, ਫਿਲਮ ਇੰਟਰਟੇਨਮੈਂਟ ਵਾਸਤੇ ਬਣਾਈ ਜਾਂਦੀ, ਨਾ ਕਿ ਲੋਕਾਂ ਦੇ ਜਿਹੜੇ ਭਾਵ ਹੁੰਦੇ ਉਹਨਾਂ ਨੂੰ ਖਰਾਬ ਕਰਨ ਵਾਸਤੇ। ਬਿਲਕੁਲ, ਦੇਖੋ ਇਹ ਜਿਹੜੀ ਫਿਲਮ ਆ ਇਹਦਾ ਹਜੇ ਇੱਕ ਟ੍ਰੇਲਰ ਆਇਆ ਵਾ, ਉਸ ਟ੍ਰੇਲਰ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਅਕਸ ਨੂੰ ਖਰਾਬ ਕਰਨ ਵਾਸਤੇ ਦਿਖਾਇਆ ਇਹ ਜਾਂਦਾ, ਉਹ ਕੋਈ ਸੰਤਾਂ ਦੇ ਭਾਸ਼ਣ ਦੇ ਵਿੱਚ ਉਹਨਾਂ ਨੂੰ ਬੁਲਵਾਇਆ ਗਿਆ ਵਾ ਵੀ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਅਤੇ ਸਾਨੂੰ ਖਾਲਿਸਤਾਨ। ਇਹ ਸਾਨੂੰ ਕਦਾਚਿਤ ਬਰਦਾਸ਼ਤ ਨਹੀਂ, ਕਿਉਂਕਿ ਸੰਤਾਂ ਨੇ ਆਪਣੇ ਮੂੰਹੋਂ ਆਪਣੀ ਪੂਰੀ ਲਾਈਫ ਦੇ ਵਿੱਚ ਕਦੇ ਵੀ ਖਾਲਿਸਤਾਨ ਦੀ ਗੱਲ ਨਹੀਂ ਕੀਤੀ, ਜਦਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆਜ਼ਾਦੀ ਦੇ ਮੁਕੰਮਲ ਸਮਰਥਕ ਸੀ। ਕਿਉਂਕਿ ਸਿੱਖ ਕੌਮ ਦੀ ਉਹਨਾਂ ਦੀਆਂ ਸਪੀਚਾਂ ਦੇ ਵਿੱਚ ਜਿਹੜੀ ਗੁਲਾਮੀ ਬਰਦਾਸ਼ਤ ਸੀ, ਤੀਜੇ ਡਿਗਰੀ ਦੇ ਅਸੀਂ ਜਿਹੜੇ ਸਾਨੂੰ ਸ਼ਹਿਰੀ ਸਮਝਿਆ ਜਾਂਦਾ ਉਹਦੇ ਖਿਲਾਫ਼ ਸੀ ਉਹ, ਪਰ ਲੇਕਿਨ ਸਿੱਧੇ ਤੌਰ 'ਤੇ ਉਹਨਾਂ ਨੇ ਕਦੇ ਵੀ ਖਾਲਿਸਤਾਨ ਨਹੀਂ ਕਿਹਾ, ਇਸ ਕਰਕੇ ਸਾਨੂੰ ਇਹ ਗੱਲ ਮਾਫ਼ਕ ਨਹੀਂ। ਦੂਸਰੀ ਗੱਲ, ਇੱਕ ਕਿਰਦਾਰ ਜਿਹੜਾ ਇੱਕ ਮਨੁੱਖ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਰੋਲ ਅਦਾ ਕਰ ਰਿਹਾ ਵਾ, ਜਦਕਿ ਸਾਡੇ ਉਹ ਮਹਾਨਾਇਕ ਨੇ, ਸਾਡਾ ਸਮਾਜ ਆ ਜਿਹੜਾ ਉਹਨਾਂ ਨੂੰ ਪੂਰੇ ਦਿਲੋਂ ਅਸੀਂ ਸ਼ਰਧਾ ਦਿੰਦੇ ਹਾਂ, ਅਤੇ ਉਹਨਾਂ ਦਾ ਅਸੀਂ ਸਮਾਰਕ ਦਰਬਾਰ ਸਾਹਿਬ ਦੇ ਉੱਤੇ ਅਜਾਇਬ ਘਰ ਦੇ ਵਿੱਚ ਉਹਨਾਂ ਦੀ ਪਿੱਕ ਲੱਗੀ ਹੋਈ ਆ, ਉਹਨਾਂ ਦੀ ਫੋਟੋ ਲੱਗੀ ਹੋਈ ਆ। ਇਸ ਕਰਕੇ ਸਾਡੀਆਂ ਸਾਰੀਆਂ ਸੰਸਥਾਵਾਂ, ਅੱਜ ਤੱਕ ਅਸੀਂ ਕਿਸੇ ਵੀ ਸਾਡੇ ਧਾਰਮਿਕ ਚਿੰਨ੍ਹ ਨੂੰ, ਧਾਰਮਿਕ ਵਿਅਕਤੀ ਦਾ ਕਿਸੇ ਨੂੰ ਰੋਲ ਪਲੇ ਨਹੀਂ ਕਰਨ ਦਿੱਤਾ। ਇਸ ਕਰਕੇ ਅਸੀਂ ਦੂਜਾ ਸਾਡਾ ਜਿਹੜਾ ਹੈਗਾ ਇਤਰਾਜ਼, ਉਹ ਟ੍ਰੇਲਰ ਨੂੰ ਦੇਖ ਕੇ ਸਾਨੂੰ ਇਹ ਲੱਗਦਾ ਵੀ ਉਹਦੇ ਵਿੱਚ ਅਸੀਂ ਕਿਸੇ ਵੀ ਵਿਅਕਤੀ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਰੋਲ ਨੂੰ ਅਦਾ ਕਰਨ ਨਹੀਂ ਦੇਵਾਂਗੇ। ਅੱਛਾ, ਜੇਕਰ ਫਿਲਮ ਇਹ ਫਿਰ ਵੀ ਲੱਗਦੀ ਹੈ ਥੀਏਟਰਾਂ ਦੇ ਵਿੱਚ, ਤਾਂ ਉਸ ਚੀਜ਼ ਨੂੰ ਲੈ ਕੇ ਕੀ ਤੁਹਾਡੇ ਵੱਲੋਂ ਅਗਲਾ ਕਦਮ ਰਹੂਗਾ, ਜਾਂ ਕਿਸੇ ਤਰ੍ਹਾਂ ਦੀ ਕੋਈ ਚੇਤਾਵਨੀ ਹੈਗੀ ਹੈ ਪ੍ਰਸ਼ਾਸਨ? ਬਿਲਕੁਲ, ਦੇਖੋ ਅੱਜ ਅਸੀਂ ਪ੍ਰੋਟੈਸਟ ਜਿਹੜਾ ਰੱਖਿਆ ਹੋਇਆ ਉਹ ਸਿਰਫ DC ਸਾਹਿਬ ਨੂੰ ਅਸੀਂ ਮੰਗ ਪੱਤਰ ਆਪਣੇ ਵੱਲੋਂ ਦੇ ਰਹੇ ਹਾਂ, ਤਾਂ ਜੋ DC ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਸੌਂਪਣ ਤੋਂ ਬਾਅਦ ਫਿਰ ਵੀ ਜੇ ਪ੍ਰਸ਼ਾਸਨ ਕਿਤੇ ਨਹੀਂ ਕੁੰਭ ਦੀ ਨੀਂਦ ਤੋਂ ਜਾਗਦਾ, ਫਿਰ ਅਸੀਂ ਸਿਨੇਮਿਆਂ ਦੇ ਮੂਹਰੇ ਜਾਂ ਜਿੱਥੇ ਸਾਨੂੰ ਲੱਗਦਾ ਵੀ ਸਾਨੂੰ ਪ੍ਰੋਟੈਸਟ ਕਰਨੇ ਚਾਹੀਦੇ ਨੇ, ਤਾਂ ਅਸੀਂ ਵੱਡੇ ਪੱਧਰ ਦੇ ਉੱਤੇ ਪ੍ਰੋਟੈਸਟ ਵੀ ਕਰਾਂਗੇ, ਅਤੇ ਅਸੀਂ ਆਪਣੀ ਚੇਤਾਵਨੀ ਆ ਜਿਹੜੀ ਸਾਡੀ ਅਸੀਂ ਕਿਤੇ ਨਾ ਕਿਤੇ ਸੈਂਸਰ ਬੋਰਡ ਤੱਕ ਵੀ ਆਪਣੀ ਪਹੁੰਚਦੀ ਕਰਾਂਗੇ। ਕੋਈ ਹੰਗਾਮਾ ਵੀ ਹੋ ਸਕਦਾ? ਬਿਲਕੁਲ, ਹੰਗਾਮਾ ਹੋ ਸਕਦਾ। ਦੇਖੋ, ਜਿਹੜੀ ਹਿੰਦੂ ਸਿੱਖ ਭਾਵਨਾਵਾਂ ਨੂੰ ਖਤਮ ਕਰਨ ਵਾਲੀ ਫਿਲਮ ਆ, ਜੇ ਉਹ ਲੱਗਦੀ ਆ
ਤਾਂ ਅਸੀਂ ਨਹੀਂ ਚਾਹੁੰਦੇ ਸਾਡਾ ਪੰਜਾਬ ਦੁਬਾਰਾ ਤੋਂ ਉਸ ਅੱਗ ਦੇ ਵਿੱਚ ਜਿਹੜੀ ਪਹਿਲਾਂ ਪੰਜਾਬ ਆਪਣੇ ਪਿੰਡੇ ਦੇ ਉੱਤੇ ਹੰਢਾ ਚੁੱਕਿਆ ਵਾ, ਉਹ ਦੁਬਾਰਾ ਤੋਂ ਇਹ ਅੱਗ ਕੋਈ ਬਾਲਣ ਦੀ ਫਿਲਮ ਕੋਸ਼ਿਸ਼ ਕਰੇ। ਇਸ ਕਰਕੇ ਅਸੀਂ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਉਹ ਕਰਾਂਗੇ। ਅਸੀਂ ਆਪਣੇ ਵੱਲੋਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਅਤੇ ਸੈਂਸਰ ਬੋਰਡ ਵਰਗੀਆਂ ਜਿਹੜੀਆਂ ਅਜਿਹੀਆਂ ਫਿਲਮਾਂ ਨੂੰ ਰਿਲੀਜ਼ ਕਰਦੇ ਨੇ ਉਹਨਾਂ ਨੂੰ ਇਹ ਚੇਤਾਵਨੀ ਵੀ ਕਰਦੇ ਹਾਂ। ਅਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਫ਼ ਤੌਰ 'ਤੇ ਹੋਰ ਵੀ ਲੋਕ ਹੈਗੇ ਨੇ, ਉਹਨਾਂ ਨਾਲ ਵੀ ਅਸੀਂ ਗੱਲ ਕਰ ਲੈਂਦੇ ਹਾਂ। ਸਰ ਤੁਹਾਡਾ ਕੀ ਕਹਿਣਾ ਵਾ ਕਿ ਜੇਕਰ ਆ ਫਿਲਮ ਲੱਗਦੀ ਹੈ ਤਾਂ ਇਸ ਚੀਜ਼ ਦਾ ਪ੍ਰੋਟੈਸਟ ਕਿਵੇਂ ਕੀਤਾ ਜਾਊਗਾ, ਇਸਦਾ ਵਿਰੋਧ ਕਿੱਦਾਂ ਕੀਤਾ ਜਾਊਗਾ? ਦੇਖੋ ਜੀ, ਅਲੱਗ ਅਲੱਗ ਜਥੇਬੰਦੀਆਂ ਆਈਆਂ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਆਪਣੇ ਜਿਹੜੇ ਮਾਨ ਸਾਹਿਬ ਹੈਗੇ ਨੇ ਸਾਡੇ ਪੰਜਾਬ ਦੇ ਪ੍ਰਧਾਨ ਨੇ, MP ਵੀ ਲੜੇ ਨੇ ਸੰਗਰੂਰ ਤੋਂ, ਇਹ ਉਹ ਜਥੇਬੰਦੀ ਵੀ ਹੈਗੇ ਵਿੱਚ 1984 ਦੰਗਾ ਪੀੜਤ ਵੀ ਆਏ ਹੋਏ ਨੇ, ਜਿਹੜੇ ਕਿ ਆ ਕੰਗਣਾ ਰਣੌਤ ਨੇ ਐਮਰਜੈਂਸੀ ਫਿਲਮ ਬਣਾਈ ਹੈ। ਇਹ ਬਹੁਤ ਮੰਦਭਾਗੀ ਹੈ, ਜਦਕਿ ਐਮਰਜੈਂਸੀ 1975 ਵਿੱਚ ਹੋਈ ਸੀਗੀ, ਇਹ 1984 ਵਿੱਚ ਕੋਈ ਤਾਲੁਕ ਨਹੀਂ ਰੱਖਦੀ। ਇਹਨਾਂ ਨੂੰ ਵਿੱਚ ਭਿੰਡਰਾ ਵਾਲੇ ਦਾ ਕਿਰਦਾਰ ਦਿਖਾਇਆ ਗਿਆ, ਉਹ ਸਾਡੇ ਜਥੇਦਾਰ ਪਾਂਗਦੀ ਸਾਹਿਬ ਦੱਸ ਕੇ ਹੀ ਅੱਟੇ ਨੇ ਬਈ ਇੱਕ ਹਿੰਦੂ ਹੋ ਕੇ, ਤੁਸੀਂ ਉਹਦਾ ਯੂਟਿਊਬ ਖੋਲ੍ਹ ਕੇ ਵੇਖੋ, ਹਿੰਦੂ ਹੈ ਉਹਨੂੰ ਇੱਕ ਸਿੱਖ ਭਿੰਡਰਾ ਵਾਲੇ ਦਾ ਰੂਪ ਦਿੱਤਾ ਹੋਇਆ, ਜਦਕਿ ਇਹ ਨਿੰਦਣ ਯੋਗ ਹੈਗਾ। ਇਹ ਕੰਗਣਾ ਰਣੌਤ ਕਮਲ ਦੇ ਫੁੱਲ ਦੇ ਪੱਤੇ ਨੇ, ਆਪਾਂ ਇਹਨਾਂ ਨੂੰ ਪੱਤੀ ਕਵਾਂਗੇ, ਇਹ ਪੱਤੀਆਂ ਵਰਤਦੇ ਨੇ ਬਈ ਜਿੱਥੇ ਨੂੰ ਮਰਜ਼ੀ ਫਿੱਟ ਕਰ ਦਿਓ। ਪਹਿਲੇ ਸਾਡੇ ਜਦੋਂ ਆ ਰਹੇ ਸੀਗੇ ਹਵਾਈ ਅੱਡੇ ਤੋਂ, ਉਦੋਂ ਵੀ ਇੱਕ ਸਿੱਖ ਕੁੜੀ ਨੇ ਇਹਨੂੰ ਥੱਪੜ ਮਾਰਿਆ, ਜਵਾਬ ਦਿੱਤਾ, ਇਹ ਉਹ ਥੱਪੜ ਦੀ ਗੂੰਜ ਅਜੇ ਵੀ ਨੂੰ ਸੁਣਾਈ ਦੇ ਰਹੀ ਹੈ। ਇਸ ਕਰਕੇ ਇਹ ਸਿੱਖਾਂ ਨਾਲ ਪੰਗੇ ਲੈ ਰਹੀ ਹੈ। ਇਸ ਕਰਕੇ ਹੁਣ ਅਸੀਂ ਆਪਾਂ DC ਆਫਿਸ ਜਾਵਾਂਗੇ ਸਾਰੇ ਇਕੱਠੇ ਹੋ ਗਏ, ਔਰ ਮੰਗ ਪੱਤਰ ਦੇਣਾ ਬਈ ਆਹ ਸਾਰੇ ਸਾਡੇ, ਅਸੀਂ ਤਾਂ ਇਸ ਟਾਈਮ ਪੰਜਾਬ ਵਿੱਚ ਹਾਂ, ਮੈਂ ਕਹਿੰਦਾ ਹਿੰਦੁਸਤਾਨ ਵਿੱਚ ਇਹ ਫਿਲਮ ਬੈਨ ਹੋਣੀ ਚਾਹੀਦੀ ਹੈ। ਉਹ ਸਾਡੇ ਦੇ ਇੱਥੇ CM ਭਗਵਾਨ ਮਾਨ ਸਿੰਘ ਮੁੱਖ ਮੰਤਰੀ, ਉਹਨਾਂ ਨੂੰ ਅਸੀਂ ਆਪਣੇ ਮਾਧਿਅਮ ਤੁਹਾਡੇ ਮਾਧਿਅਮ ਕਵਾਂਗੇ ਬਈ ਇਹ ਪੰਜਾਬ 'ਚ ਫਿਲਮ ਨਾ ਤਾਂ ਚੱਲਣ ਦਿਓ। ਇਸ ਕਰਕੇ ਫਿਲਮ ਚੱਲੇਗੀ ਤਾਂ ਮਾਹੌਲ ਖਰਾਬ ਹੋਏਗਾ, ਅਸੀਂ ਸਿਨੇਮਾ ਘਰਾਂ ਦੇ ਅੱਗੇ ਆਵਾਂਗੇ, ਜਿਹੜੇ ਟਿਕਟ ਕਟਾਉਣ ਆਉਣਗੇ ਅਸੀਂ ਉਹਨਾਂ ਟਿਕਟ ਨਹੀਂ ਕਟਾਉਣ ਦੇਣੀ, ਵਾਪਸ ਭੇਜਾਂਗੇ ਬੇਰੰਗ ਬਈ ਇਹ ਫਿਲਮ ਨਾ ਦੇਖੀ ਜਾਵੇ। ਆਪਾਂ ਬੇਰੰਗ ਅਸੀਂ ਟਾਕਿਆਂ ਦੇ ਅੰਦਰ ਬਹਿ ਜਾਂਗੇ, ਇਹਨਾਂ ਨੇ 84 ਅੰਦਰ ਜਿਹੜਾ ਸਾਡੇ ਨਾਲ ਕਾਂਡ ਕੀਤਾ, ਅਸੀਂ 84 ਦੇ ਮਾਰੇ ਹਾਂ, ਉਹ ਮਾਹੌਲ ਜਿਹੜਾ ਨਾ ਇਹ ਪੰਜਾਬ ਸਰਕਾਰ ਮਾਨ ਸਰਕਾਰ ਖਰਾਬ ਕਰਨਾ ਚਾਹੁੰਦੀ ਹੈ। ਭਾਜਪਾ ਸਰਕਾਰ ਜਿਹੜੀ ਹੈ ਨਾ ਇੱਕਦਮ ਨਿਕੰਮੀ ਸਿੱਖਾਂ ਦੇ ਵਿਰੋਧੀ ਹੈ, ਇਹ ਕੰਗਣਾ ਨੂੰ ਅੱਗੇ ਲਿਆ ਕੇ ਸਿੱਖਾਂ ਅਤੇ ਹਿੰਦੂਆਂ ਦੀ ਲੜਾਈ ਕਰਾਉਣਾ ਚਾਹੁੰਦੀ ਹੈ। ਅਸੀਂ ਉਹ ਨਹੀਂ ਚਾਹੁੰਦੇ ਕਿ ਸਾਡੇ ਹਿੰਦੂ ਭਰਾ ਅਤੇ ਸਿੱਖ ਆਪਸ ਵਿੱਚ ਲੜਨ ਮਰਨ ਅਤੇ ਮਾਹੌਲ ਖਰਾਬ ਹੋਵੇ। ਇਸ ਕਰਕੇ ਅਸੀਂ ਚਾਹੁੰਦੇ ਹਾਂ ਸ਼ਾਂਤ ਮਾਹੌਲ ਨਾਲ ਇਸ ਚੀਜ਼ ਨੂੰ ਰਿਲੀਜ਼ ਨਾ ਕੀਤਾ ਜਾਏ ਅਤੇ ਸ਼ਾਂਤ ਮਾਹੌਲ। ਤੁਸੀਂ ਦੇਖ ਸਕਦੇ ਸਾਫ਼ ਤੌਰ ਦੇ ਉੱਤੇ ਕਿ ਲੋਕ ਹੈਗੇ ਨੇ ਇਹਨਾਂ ਦਾ ਸਾਫ਼ ਤੌਰ 'ਤੇ ਪ੍ਰੋਟੈਸਟ ਕੀਤਾ ਹੋਇਆ, ਪ੍ਰਦਰਸ਼ਨ ਕੀਤਾ, ਔਰ ਇਹਨਾਂ ਦਾ ਸਾਫ਼ ਤੌਰ 'ਤੇ ਇੱਕ ਮੰਗ ਹੈਗੀ ਹੈ ਕਿ ਇਸ ਫਿਲਮ ਨੂੰ ਪੰਜਾਬ ਵਿੱਚ ਨਾ ਲੱਗਣ ਦਿੱਤਾ ਜਾਵੇ, ਤਾਂ ਕਿ ਜੇਕਰ ਇਹ ਫਿਲਮ ਲੱਗਦੀ ਹੈ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਵੈ। ਦੇਖਣਾ ਇਹ ਹੋਵੇਗਾ ਹੁਣ ਪ੍ਰਸ਼ਾਸਨ ਇਸ ਫਿਲਮ ਨੂੰ ਲੈ ਕੇ ਕੀ ਅਗਲਾ ਕਦਮ ਚੁੱਕਦਾ ਵੈ।